ਕੀ ਹਾਲ ਆ ਬਾਈ? ਬਹੁਤ ਛੇਤੀ ਆਪਾਂ ਵੀਡੀਓ ਲੈ ਕੇ ਆ ਰਹੇ ਹਾਂ ਬਾਈ, ਕੋਚਾ ਛੀਨੀਵਾਲ ਕਬੂਤਰਾਂ ਦੀ ਵੀਡੀਓ ਪਾਵਾਂਗੇ ਅਤੇ ਨਾਲੇ ਬਾਈ ਨਾਲ ਕਰੀਆਂ ਕਬੂਤਰਬਾਜ਼ੀ ਦੀਆਂ ਜਿਹੜੀਆਂ ਬਰੀਕੀਆਂ ਬਾਰੇ ਗੱਲਾਂ ਬਾਤਾਂ ਇੰਟਰਵਿਊ ਉਹ ਵੀ ਪਾਵਾਂਗੇ। ਅਤੇ ਆਪਾਂ ਬਾਈ ਦੇ ਕਬੂਤਰ ਇਕੱਲਾ ਇਕੱਲਾ ਜੋੜਾ ਐਂ ਪੁੱਛਿਆ ਬਾਈ ਵੀਡੀਓ ਦੇ ਵਿੱਚ ਵੀ ਕਿਹੜਾ ਜੋੜਾ ਕਿਹੜੇ ਕਬੂਤਰਾਂ 'ਚੋਂ ਹੈ, ਕਿਹੜੀ ਨਾ ਕਿਹੜਾ ਕਬੂਤਰ ਲਾਇਆ ਵਾ ਅਤੇ ਪਰਪੁਰ ਦਿਖਾਏ ਵਿਆ ਵੀ ਕੀ ਫਰਕ ਹੈ ਪਰਾਂ ਦਾ ਅੱਖਾਂ ਦਾ, ਉਹ ਤੁਸੀਂ ਆਪ ਦੇਖ ਲਿਓ ਜਿਹੜੇ ਬੰਦੇ ਪਾਰਕ ਨੂੰ ਹੈ ਨਾ। ਅਤੇ ਆਪਾਂ ਇਕੱਲੀ ਇਕੱਲੀ ਡੇਟ ਪੁੱਛਿਆ ਵੀਡੀਓ ਆ ਮੈਂ ਤਾਂ ਪਾਈ ਹੈ ਵੀ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਲੱਗ ਜੇ ਵੀਡੀਓ ਆਉਣ ਵਾਲੀ ਹੈ। ਅਤੇ ਇਹ ਵੀਡੀਓ ਵੀ ਦੇਖਿਓ ਅਤੇ ਆਪਾਂ ਇਹ 'ਚ ਮੇਨ ਦੋ ਤਿੰਨ ਕੁ ਜੋੜੇ ਦਿਖਾ ਰਹੇ ਹਾਂ ਬਾਈਆਂ ਦੇ, ਅਤੇ ਬਾਕੀ ਉਹਦੇ ਵਿੱਚ ਹੈਗੇ ਆ 40-50 ਜੋੜੇ। ਆਪਾਂ ਸਾਰਾ ਇਕੱਲਾ ਇਕੱਲਾ ਜੋੜਾ ਫੜ ਕੇ ਦਿਖਾਇਆ। ਇਹ ਕਿਹੜੇ ਕਬੂਤਰ ਨੇ ਬਾਈ? ਜਮਾਂ ਸਾਵੇਂ? ਠੀਕ ਹੈ, ਦੋਨੇ ਕਬੂਤਰ ਨੇ ਇਹ? ਠੀਕ ਹੈ, ਕਬੂਤਰੀਆਂ ਕਬੂਤਰਾਂ ਰੱਗੀਆਂ ਕਬੂਤਰੀ ਜਮਾਂ। ਅਤੇ ਦਿਖਾਈ ਬਾਈ ਮਾੜੀ ਜੀ ਕਬੂਤਰੀ, ਅਤੇ ਦੂਜੀ ਵੀਡੀਓ ਦੇਖਿਓ ਬਾਈ, ਉਹਦੇ ਵਿੱਚ ਸਾਰੇ ਜੋੜੇ ਜਿੰਨੇ ਵੀ ਆ ਸਾਰੇ ਦਿਖਾਏ ਬਾਈਆਂ ਨੇ। ਪਹਿਲੀ ਮੈਂ ਕਹਿੰਦਾ ਇੰਟਰਵਿਊ ਹੋ ਜਿਹਦੇ ਵਿੱਚ ਆਪਾਂ ਨੂੰ ਸਾਰੇ ਜੋੜੇ ਕਿਸੇ ਖਿਲਾੜੀ ਨੇ ਦਿਖਾਏ ਹੋਣਗੇ। ਅਤੇ ਇਹਨਾਂ ਦੀ ਇੱਕ ਸ਼ਰਤ ਹੋਰ ਆ, ਕਹਿੰਦੇ ਬਾਈ ਕਬੂਤਰ ਅਸੀਂ ਵੇਚਣੇ ਨਹੀਂ, ਕੋਈ ਲੈਣ ਵਾਲਾ ਮੁੱਲ ਲੈਣ ਵਾਲਾ ਕੋਈ ਨਾ ਆਵੇ, ਸਾਨੂੰ ਚੱਸ ਹੀ ਨਹੀਂ ਇਹੋ ਜੀ। ਅਤੇ ਬਾਕੀ ਕੋਈ ਹੋਰ ਭਰਾ ਕੋਈ ਯਾਰ ਮਿੱਤਰ ਆਏ, ਕਹਿੰਦੇ ਵੀ ਜਿੱਥੇ ਸਾਡਾ ਲੈਣ ਦੇਣ ਚੱਲਦਾ ਉੱਥੇ ਜ਼ਰੂਰ ਚੱਲ। ਆਹ ਕਬੂਤਰ ਸਾਈਂ ਬਾਈ ਪੱਲੇ ਖੋਲ੍ਹ ਕੇ, ਅਤੇ ਜਮਾਂ ਸਾਵਾਂ ਜੋੜਾ ਗੁਰਦੇਵ ਵਾਲਾ ਲਾਇਆ। ਕਿਵੇਂ ਉੱਡਦੇ ਬਾਈ? ਬਾਬਾ ਗੁਰਦੇਵ ਜੀ ਵਾਲਾ ਬਹੁਤ ਮਰਦੀ ਆ ਬਾਜੀਆਂ ਤੇ। ਠੀਕ ਹੈ, ਪੂਰੇ ਚੰਗੇ ਉੱਡਦੇ ਜਾਨੀ ਕਿ ਉੱਡਦੇ ਆ, ਜਾਨੀ ਕਿ ਪੂਰਾ ਵਧੀਆ ਨਜ਼ਾਰੇ ਲਿਆਉਂਦੇ ਆ। ਠੀਕ ਆ, ਇੱਕ ਬਾਈ ਆ ਇਹ ਕਿਹੜੇ ਕਬੂਤਰ ਨੇ? ਇਹ ਪੁੱਚੋ ਵਾਲੇ ਭਾਈ ਸਾਹਿਬ ਵਾਲੇ ਕਬੂਤਰ ਦਿਖਾਏ ਆ ਬਾਈਆਂ ਨੇ, ਅਤੇ ਮੈਂ ਕਹਿਣਾ ਮੈਂ ਇੰਨੀਆਂ ਇੰਟਰਵਿਊਆਂ ਕਰਤੀਆਂ ਅਤੇ ਮੈਂ ਅੱਜ ਦੇਖੇ ਆ, ਤੁਹਾਨੂੰ ਸਹੀ ਗੱਲ ਦੱਸਾਂ, ਸੱਚੀ ਗੱਲ ਕਹਿਣ ਦਾ ਕੋਈ ਹਰਜ ਨਹੀਂ ਹੁੰਦਾ। ਅਤੇ ਇਹਨਾਂ ਕੋਲ ਜਾਂ ਤਾਂ ਮੈਂ ਗੁਰਦੇਵ ਵਾਲੇ ਕਬੂਤਰਾਂ ਦਾ ਵੱਧ ਜ਼ਿਕਰ ਸੁਣਿਆ, ਅਤੇ ਜਾਂ ਪੁੱਚੋ ਵਾਲੇ ਕਬੂਤਰ, ਜਾਂ ਇਹਨਾਂ ਨੇ ਬਾਈ ਕਾਕਾ ਨਵਾਂ ਕਿਲਾ, ਕਿਉਂਕਿ ਇੱਕ ਤਾਂ ਬਾਈ ਕੋਚ ਇਹਨੂੰ ਮੁਰਗਿਆਂ ਮਰਗਿਆਂ ਦਾ ਸ਼ੌਂਕ ਆ, ਠਾੜ ਏਰੀਏ 'ਚ ਬਾਹਲੀ ਜ਼ਿਆਦਾ ਚੜ੍ਹਾਈ ਰਹੀ ਹੈ ਬਾਈ ਦੀ ਮੁਰਗਿਆਂ ਦੇ ਹਿਸਾਬ ਕਿਤਾਬ ਦੇ ਵਿੱਚ, ਅਤੇ ਬਾਕੀ ਕਬੂਤਰਾਂ ਦੇ ਹਿਸਾਬ ਕਿਤਾਬ ਦੇ ਵਿੱਚ ਹੀ, ਕਿਉਂਕਿ ਸੋਸ਼ਲ ਮੀਡੀਆ 'ਤੇ ਬਾਈ ਘੱਟ ਹੀ ਆ, ਜਵਾਕਾਂ ਨੂੰ ਵੀ ਘੂਰਦਾ ਰਹਿੰਦਾ ਵੀ ਨਹੀਂ ਤੁਸੀਂ ਬਾਹਲੀ ਗੱਲਬਾਤ ਕਰ ਰਹੀ, ਅਤੇ ਤਾਂ ਹੀ ਜਿਹੜਾ ਚਰਚਾ ਦਾ ਵਿਸ਼ਾ ਘੱਟ ਆ। ਜਿਹੜੇ ਪੁਰਾਣੇ ਬੰਦੇ ਆ, ਪੁਰਾਣੇ ਪਲੇਅਰ ਨੇ, ਜਿਹਨੇ ਜਿਹਦਾ ਵੀ ਕੋਈ ਉਸਤਾਦ ਹੈਗਾ, ਉਹਨਾਂ ਨੂੰ ਪੁੱਛੋ ਵੀ ਕੋਚਾ ਛੀਨੀਵਾਲ ਕੋਈ ਹੈਗਾ ਜਾਂ ਨਹੀਂ ਹੈਗਾ, ਹੈ ਨਾ। ਕਬੂਤਰਬਾਜ਼ ਤੁਹਾਨੂੰ ਆਪੇ ਪਤਾ ਲੱਗ ਜੂ ਇਹ ਪੁੱਚੋ ਵਾਲੇ ਕਬੂਤਰ ਨੇ। ਸਾਵਾਂ ਜੋੜਾ ਲਾਇਆ ਵਾ ਜੀ, ਇਹ ਕਿਹੜੇ ਕਬੂਤਰ ਨੇ ਬਾਈ? ਇਹ ਪੁੱਚੋ ਵਾਲਿਆਂ ਨਾਲ ਕ੍ਰੋਸ ਕਰੇ ਵੇ ਆ ਹਜ਼ਾਰਾਂ ਵਾਲੇ ਕਬੂਤਰ ਬਾਈ ਜੀ, ਤੁਸੀਂ ਆਪ ਦੇਖ ਸਕਦੇ ਹੋ ਵੀ ਕਾਲ ਸਿਰੇ ਅਤੇ ਲਾਲ ਸਿਰੇ, ਅਤੇ ਕੱਢਦੇ ਆ ਕਾਲਾ ਜੀਨਾ ਬਹੁਤ, ਕਹਿੰਦਾ ਘੱਟ ਕੱਢਦੇ ਆ, ਅਤੇ ਪਰ ਕੱਢਦੇ ਜ਼ਰੂਰ ਨੇ, ਇੱਕ ਝੋਲੀ ਵਾਹ ਕੱਢ ਜਾਂ ਦੋ ਵਾਹ ਕੱਢ ਜਾਣਾ। ਫੁੱਟ ਦਾ ਕਬੂਤਰ ਹੋਊਗਾ ਪੂਰਾ? ਹਾਂ, ਕਬੂਤਰ ਬਹੁਤ ਲੰਬਾ ਯਾਰ ਕਬੂਤਰ ਦੇਖਣ ਨੂੰ ਨਾ, ਅਤੇ ਕਬੂਤਰ ਕਬੂਤਰੀ ਦੇ ਪੱਲੇ ਖੋਲ੍ਹ ਕੇ ਹੁਣ ਦਿਖਾਓ ਤੁਸੀਂ, ਫਿਰ ਪਤਾ ਲੱਗੂ ਕਹਾਣੀ। ਅਤੇ ਆਹ ਕਬੂਤਰ ਦੇ ਪੱਲੇ ਆ ਬਹੁਤ ਚੌੜੇ ਫਰਨੇ ਬਈ, ਬੱਲੇ 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 ਬੱਲੇ, ਜਿਵੇਂ ਕਹਿੰਦਾ ਨਜ਼ਰ ਲੱਗਣ ਵਾਲਾ ਕੰਮ ਆ, ਅਤੇ ਅੱਖਾਂ ਬਹੁਤ ਸੋਹਣੀਆਂ ਨੇ ਅੱਖਾਂ ਕਬੂਤਰ ਦੀਆਂ ਨਾ। ਆਹ ਕਬੂਤਰੀ ਲਾਈ ਵੀ ਆ ਹਜ਼ਾਰਾਂ ਵਾਲਿਆਂ 'ਚੋਂ, ਕਹਿੰਦੇ ਕਾਲੇ ਜੀਨੇ ਕੱਢ ਜਾਂਦੇ ਆ, ਟਾਵਾਂ ਕੱਢਦੇ ਵੀ ਲਾਲ ਜੀਨੇ ਵੱਧ ਕੱਢਦੇ, ਹਜ਼ਾਰਾਂ 'ਚ ਕਬੂਤਰੀ ਹੈ। ਇਹਦਾ ਵੀ ਪੱਲਾ ਦਿਖਾ ਦਿਓ ਜੀ, ਕਿਆ ਬਾਤ ਹੈ, ਫਰ ਬਹੁਤ ਸੋਹਣੇ ਆ, ਚੌੜੇ ਆ ਫਰ ਪੂਰੇ, ਅਤੇ ਬਾਕੀ ਸੋਹਣੇ ਲੱਗੇ ਕਬੂਤਰ ਹੈ ਨਾ। ਸਾਰੇ ਜੋੜਿਆਂ ਦੀ ਵੀਡੀਓ ਪਾਈ ਆ ਅਤੇ ਸਾਰਿਆਂ ਦੀ ਵੀ ਦੇਖਿਓ ਤੁਸੀਂ, ਆਹ ਤਾਂ ਹਜੇ ਛੋਟੀ ਵੀਡੀਓ ਪਾਈ ਆ, ਪਰ ਤਾਂ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਥੋੜ੍ਹਾ ਜਿਹਾ ਵੀ ਕਬੂਤਰ ਵੀਡੀਓ ਪੈਰ ਨਾਲ ਹੀ ਹੈ। ਵੈਸੇ ਜੀ ਕੀਤਾ ਮੈਨੂੰ ਸੋਹਣੇ ਲੱਗੇ ਕਬੂਤਰ, ਮੈਂ ਤਾਂ ਵੀਡੀਓ ਇਹ ਪਹਿਲਾਂ ਪਾ ਦਈ ਵੀ ਇਹਨਾਂ ਦੀ ਪਹਿਲਾਂ ਪਾ ਦਈਏ, ਬਾਕੀ ਜੋੜਿਆਂ ਦੀ ਬਾਅਦ 'ਚ ਮੈਂ, ਤੁਸੀਂ ਐਂ ਦੇਖੋ ਟ੍ਰੇਲਰ ਇੰਨਾ ਸੋਹਣਾ, ਅਤੇ ਜਦੋਂ ਆਪਾਂ ਫਿਲਮ ਦੇਖਾਂਗੇ ਕਿੰਨੀ ਸੋਹਣੀ ਹੋਊ, ਜਦੋਂ ਸਾਰੀ ਫਿਲਮ ਆਊ ਕਬੂਤਰਾਂ ਦੀ ਕਿੰਨੀ ਸੋਹਣੀ ਹੋਊ। ਪਿਓਰ ਬਾਈ ਕਾਕਾ ਅਤੇ ਜਗਮੀਤਾ ਨਿੰਘ ਜੀ ਵਾਲੇ ਜਿਹੜੇ ਆਪਾਂ ਕਹਿ ਦਿੰਦੇ ਹਾਂ ਉਹ ਕਬੂਤਰ ਨੇ ਵਿੱਚ ਰਲੇ ਵੇ, ਪਿਓਰ ਕੀਤੇ ਨੇ ਇਹ, ਜਮਾਂ ਜੋੜਾ ਲਾਇਆ ਇਹਨਾਂ ਨੇ ਆਪਸ ਵਿੱਚ ਮੇਲ 'ਤੇ, ਅਤੇ ਦੇਖ ਸਕਦੇ ਜੀ ਕਹਿੰਦੇ ਵੀ ਲੰਬ ਕੱਢਦੇ ਸ਼ਾਹ ਆਖੇ ਆ ਇਹ ਪਿਓਰ ਕਾਕੇ ਬਾਈ ਵਾਲੇ ਨਵਾਂ ਕਿਲਾ, ਅਤੇ ਇਹਦੇ ਟੱਕ ਵੀ ਆ ਚਿੱਟਾ, ਹੈ ਨਾ, ਤੁਸੀਂ ਦੇਖ ਸਕਦੇ ਹੋ। ਅਤੇ ਬਾਈ ਕੋਚੇ ਕੋਲ ਤਾਂ ਬਾਈ ਬਾਹਲੇ ਪਿਓਰ ਕਾਕੇ ਵਾਲੇ ਕਬੂਤਰ ਆਪਾਂ ਜਾਂ ਭੁੱਚੋ ਵਾਲੇ ਭਾਈ ਸਾਹਿਬ ਕਾਲੇ ਜਾ ਧੰਨੇ ਵਾਲੇ, ਕਿਉਂਕਿ ਬਾਈ ਨਾ ਬਾਬੇ ਧੰਨੇ ਜੀ ਵਾਲੇ, ਕਿਉਂਕਿ ਬਾਈ ਠਾੜ ਏਰੀਏ 'ਚ ਵੱਧ ਜਾਂਦਾ ਰਿਹਾ ਮੁਰਗਿਆਂ ਦੇ ਪ੍ਰੋਗਰਾਮ ਦੇ ਵਿੱਚ ਵੀ, ਮੁਰਗੇ ਲੜਾਉਣ ਦਾ ਸ਼ੌਂਕ ਆ ਬਾਈ ਨੂੰ, ਅਤੇ ਬਾਕੀ ਕਬੂਤਰਾਂ ਦਾ ਵੀ ਬਹੁਤ ਸ਼ੌਂਕ ਹੈ, ਬਾਜੀਆਂ ਬਹੁਤ ਜਿੱਤੀਆਂ ਠਾੜ ਏਰੀਏ 'ਚ ਵੀ ਜਿੱਤੀਆਂ ਨੇ ਪਹਿਲਾਂ ਤੋਂ ਸ਼ੌਂਕ ਹੈ, ਉਹਦੇ ਕਰਕੇ ਤਾਂ ਹੀ ਕਬੂਤਰ ਜਿਹੜੇ ਬਾਹਲੇ ਪਿਓਰ ਬਣੇ ਪਏ ਆ, ਬਾਹਲੇ ਚੰਗੇ ਪੁਰਾਣੇ ਕਬੂਤਰ ਬਣੇ ਪਏ ਆ, ਇਹ ਵੀ ਬਾਈ ਕਾਕੇ ਵਾਲਿਆਂ 'ਚੋਂ ਹੈ। ਅਤੇ ਓਕੇ ਆ ਬਾਈ, ਅਤੇ ਵੀਡੀਓ ਬਹੁਤ ਛੇਤੀ ਪਾ ਰਹੇ ਹਾਂ ਆਪਾਂ, ਅਤੇ ਸਾਰੇ ਕਬੂਤਰ ਦੇਖੋ ਵੀ ਕਿਵੇਂ ਜੋੜੇ ਲਾਏ ਆ, ਕਿਵੇਂ ਲਾਉਣੇ ਆ, ਕੀ ਪਰ ਦਾ ਹਿਸਾਬ ਕਿਤਾਬ ਕਿਵੇਂ ਆ ਪਰ, ਅਤੇ ਅੱਖਾਂ ਕਿਵੇਂ ਨੇ ਕਬੂਤਰਾਂ, ਤੁਹਾਨੂੰ ਸਾਰੇ ਹੀ ਪਤਾ ਲੱਗ ਜੂ ਹੁਣ ਵੀ ਕਿਹੜੇ ਕਬੂਤਰ ਦੀ ਕੀ ਖਾਸ ਨਿਸ਼ਾਨੀ ਕੀ ਹੈ, ਇਹਨਾਂ ਨੇ ਸਾਰਾ ਕੁਛ ਹੀ ਜਿਹੜਾ ਵੀਡੀਓ ਦੇ ਵਿੱਚ ਦੱਸਿਆ।
ਤੇ ਬਾਕੀ ਦੇਖਣ ਤੋਂ ਪਤਾ ਲੱਗ ਗਿਆ ਤੁਹਾਨੂੰ ਇੰਟਰਵਿਊ ਸੁਣੋਗੇ ਤਾਂ ਉਹਦੇ ਵਿੱਚ ਹੋਰ ਵੀ ਜ਼ਿਆਦਾ ਸਵਾਦ ਆਊ ਪੁਰਾਣੇ ਖਿਡਾਰੀਆਂ ਦੀਆਂ ਗੱਲਾਂ ਕਿਹੜੇ ਖਿਡਾਰੀ ਕਿਵੇਂ ਸੀ ਕੀ ਹਿਸਾਬ ਕਿਤਾਬ ਸੀ ਕਿਵੇਂ ਕਬੂਤਰ ਕਿੱਥੋਂ ਆਏ ਬਾਈ ਕੋਲ ਅਤੇ ਕਿਵੇਂ ਵਰਤ ਵਰਤਾਵਾ ਹੋਇਆ ਅਠਾਰ 'ਚ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।